ਜੀ ਇਸ ਚੋਣ ਸਭਾ ਦੇ ਵਿੱਚ ਸ਼੍ਰੀ ਵਿਦਿਆ ਸਾਗਰ ਜੀ ਦੇ ਇਕੱਤਰ ਹੋਏ ਉਹ ਕੁਰਸੀ ਖਾਲੀ ਹੈ ਜੀ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਸਹਿਗਲ ਸਾਹਿਬ ਔਰ ਵਿਦਿਆ ਸਾਗਰ ਜੀ ਹੋਰ ਪਤਵੰਤ ਦੇ ਸੱਜਣ ਔਰ ਮੇਰੇ ਸਾਹਮਣੇ ਬੈਠੇ ਨੌਜਵਾਨ ਵੀਰ ਔਰ ਸਤ ਮਾਤਾ ਜੀ ਸਾਰੇ ਬੈਠੇ ਨੇ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਭਾਰਤ ਅੱਜ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਿੱਥੇ ਮੈਂ ਇਸ ਗੱਲ ਦੀ ਮਾਫ਼ੀ ਮੰਗਦਾ ਵੀ ਸਰਦਾਰ ਇੰਦਰ ਇਕਬਾਲ ਸਿੰਘ ਜੀ ਅਟਵਾਲ ਜੋ ਜਲੰਧਰ ਜ਼ਿਮਨੀ ਲੋਕ ਸਭਾ ਚੋਣ ਦੇ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਆਪ ਹਾਜ਼ਰ ਹੋਣਾ ਸੀ ਪਰ ਸਿਆਸੀ ਰੁਝੇਵਿਆਂ ਕਰਕੇ ਆ ਨਾ ਸਕੇ ਇਸ ਲਈ ਉਚੇਚੇ ਤੌਰ 'ਤੇ ਮਾਫ਼ੀ ਮੰਗਦਾ ਦਾਸ ਦੀ ਪਰਿਵਾਰਕ ਤੌਰ 'ਤੇ ਡਿਊਟੀ ਲੱਗੀ ਹੈ ਵੀ ਆਪ ਜੀ ਦੇ ਚਰਨਾਂ 'ਚ ਇੱਕ ਦੋ ਬੇਨਤੀਆਂ ਕਰਨੀਆਂ ਨੇ ਬੇਨਤੀ ਇਸ ਗੱਲ ਕਰਕੇ ਕਰਨ ਆਏ ਹਾਂ ਪਰਿਵਾਰਕ ਤੌਰ 'ਤੇ ਕਰਨ ਆਏ ਹਾਂ ਕਿਉਂਕਿ ਸਿਆਸੀ ਤੌਰ 'ਤੇ ਜਿੰਨਾ ਸ਼੍ਰੀ ਵਿਦਿਆ ਸਾਗਰ ਜੀ ਦਾ ਤਜ਼ਰਬਾ ਹੈ ਔਰ ਹੋਰ ਬਜ਼ੁਰਗ ਬੈਠੇ ਨੇ ਮੇਰੇ ਤੋਂ ਵੱਡੇ ਬੈਠੇ ਨੇ ਮੇਰੀ ਓਨੀ ਉਮਰ ਨਹੀਂ ਮੇਰੀ ਓਨੀ ਸੋਚ ਨਹੀਂ ਜਿੰਨਾ ਇਹਨਾਂ ਦਾ ਤਜ਼ਰਬਾ ਹੈ ਇਹਨਾਂ ਵਰਗੇ ਇਨਸਾਨ ਨੂੰ ਕੋਈ ਅਸੀਂ ਸੇਧ ਦਈਏ ਕੋਈ ਗੱਲ ਕਹੀਏ ਉਹ ਸ਼ੋਭਾ ਨਹੀਂ ਦਿੰਦੀ ਜਿਨ੍ਹਾਂ ਨੇ ਸਾਰੀ ਉਮਰ ਲਗਾਈ ਹੈ ਭਾਰਤੀ ਜਨਤਾ ਪਾਰਟੀ ਲਈ ਉਹਨਾਂ ਦੀ ਸੇਵਾ ਲਈ ਉਹਨਾਂ ਨੂੰ ਅਸੀਂ ਕੋਈ ਗੱਲ ਕਹੀਏ ਸਮਝਾਈਏ ਤੁਹਾਨੂੰ ਸਾਰਿਆਂ ਨੂੰ ਕਹੀਏ ਉਹ ਗੱਲ ਚੰਗੀ ਨਹੀਂ ਲੱਗਦੀ ਔਰ ਇਸ ਗੱਲ ਦਾ ਪ੍ਰਮਾਣ ਤੁਸੀਂ 2019 ਦੇ ਵਿੱਚ ਵੀ ਦੇ ਚੁੱਕੇ ਹੋ ਅਟਵਾਲ ਪਰਿਵਾਰ ਤੁਹਾਡਾ ਰਿਣੀ ਹੈ ਸਨਮਾਨ ਹੈ ਕਿਉਂਕਿ ਉਸ ਟਾਈਮ ਵੀ ਤੁਸੀਂ ਇਸ ਹਲਕੇ ਤੋਂ ਕਾਲੀਆ ਜੀ ਦੇ ਹਲਕੇ ਤੋਂ ਜਲੰਧਰ ਵੈਸਟ ਤੋਂ ਤਿੰਨਾਂ ਹਲਕਿਆਂ 'ਚ ਤੁਸੀਂ ਬਹੁਤ ਵਧੀਆ ਲੀਡ ਦੇ ਕੇ ਜਿਤਾਇਆ ਸੀ ਅਟਵਾਲ ਸਾਹਿਬ ਨੂੰ ਥੋੜ੍ਹੀਆਂ ਜਿਹੀਆਂ ਵੋਟਾਂ ਕਰਕੇ ਆਪਾਂ ਉਦੋਂ ਹਾਰ ਗਏ ਪਰ ਤੁਸੀਂ ਸਾਰਿਆਂ ਨੇ ਬਹੁਤ ਇਮਾਨਦਾਰੀ ਦੇ ਨਾਲ ਬੜਾ ਜ਼ੋਰ ਦੇ ਕੇ ਉਦੋਂ ਜਿਤਾਇਆ ਸੀ ਇਸ ਗੱਲ ਲਈ ਅਸੀਂ ਰਿਣੀ ਹਾਂ ਤੁਹਾਡੇ ਸਾਡੇ ਚੌਧਰੀ ਸਾਹਿਬ ਅੱਜ ਸਵਰਗਵਾਸ ਹੋ ਗਏ ਨੇ ਅਸੀਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਸਿਰਫ ਇੱਕ ਗੱਲ ਜ਼ਰੂਰ ਕਰਨੀ ਚਾਹਾਂਗੇ ਤੁਹਾਡੇ ਨਾਲ 2019 'ਚ ਵੀ ਅਸੀਂ ਬਹੁਤ ਹੋਕਾ ਦਿੰਦੇ ਰਹੇ ਘਰ ਘਰ ਜਾ ਕੇ ਤਰਲੇ ਕਰਦੇ ਰਹੇ ਬੇਨਤੀਆਂ ਵੀ ਕੀਤੀਆਂ ਲੋਕਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਵੀ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਵੀਰਾਂ ਨੂੰ ਆਪਾਂ ਇੱਥੋਂ ਮੈਂਬਰ ਪਾਰਲੀਮੈਂਟ 'ਚ ਤਾਂ ਕੇ ਭੇਜਦੇ ਰਹੇ ਹਾਂ ਜੇ ਤਾਂ ਵੀਰੋ ਆਪਾਂ ਨੂੰ ਲੱਗਦਾ ਵੀ ਉਹ ਜਿੰਨੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਪਿਛਲੇ 25-30 ਸਾਲ ਤੋਂ ਜਿੱਤ ਕੇ ਜਾਂਦੇ ਰਹੇ ਨੇ ਜੇ ਤਾਂ ਉਹਨਾਂ ਨੇ ਜਲੰਧਰ ਲੋਕ ਸਭਾ ਹਲਕੇ ਵਾਸਤੇ ਕੋਈ ਚੰਗਾ ਕੰਮ ਕੀਤਾ ਕੋਈ ਤੁਹਾਡੇ ਹੱਕ ਸੱਚ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਉਠਾਈ ਹੈ ਕੋਈ ਇੱਥੇ ਵਿਦਿਆ ਦਾ ਮਿਆਰ ਉੱਚਾ ਚੁੱਕਿਆ ਕੋਈ ਉਹਨਾਂ ਨੇ ਇਨਫਰਾਸਟ੍ਰਕਚਰ 'ਚ ਕੰਮ ਕੀਤਾ ਕੋਈ ਉਹਨਾਂ ਨੇ ਕੋਈ ਨਵਾਂ ਕਾਲਜ ਲਿਆਂਦਾ ਕੋਈ ਨਵੀਂ ਯੂਨੀਵਰਸਿਟੀ ਲਿਆਂਦੀ ਕੋਈ ਹੋਰ ਚੰਗਾ ਕੰਮ ਕੀਤਾ ਤੇ ਫਿਰ ਤਾਂ ਉਹ ਵੋਟ ਦੇ ਹੱਕਦਾਰ ਨੇ ਉਹਨਾਂ ਨੂੰ ਜ਼ਰੂਰ ਪਾਇਓ ਪਰ ਜੇ ਤੁਸੀਂ ਸਮਝਦੇ ਹੋ ਵੀ ਉਹਨਾਂ ਨੇ ਡੱਕਾ ਨਹੀਂ ਤੋੜਿਆ ਪਾਰਲੀਮੈਂਟ ਦੇ ਵਿੱਚੋਂ ਵੀ ਸੁੱਚੇ ਮੂੰਹ ਚਾਹਾਂ ਪੀ ਕੇ ਵਾਪਸ ਮੁੜਦੇ ਰਹੇ ਨੇ ਤੇ ਫਿਰ ਮੈਂ ਕਹੂੰਗਾ ਵੀ ਇੱਕ ਵਾਰ ਤੁਸੀਂ ਅਟਵਾਲ ਪਰਿਵਾਰ ਨੂੰ ਸੇਵਾ ਕਰਨ ਦਾ ਮੌਕਾ ਦਿਓ ਇੱਥੇ ਮੈਂ ਇਹ ਗੱਲ ਵੀ ਕਹੂੰਗਾ ਕੋਈ ਗੁਰੇਜ਼ ਨਹੀਂ ਕਰਦਾ ਮੈਂ ਵੀ ਜਲੰਧਰ ਲੋਕ ਸਭਾ ਵਾਲਿਆਂ ਲਈ ਇਸ ਟਾਈਮ ਬਹੁਤ ਵਧੀਆ ਤੇ ਬੜਾ ਸਸਤਾ ਸੌਦਾ ਹੈ ਜਿੱਦਾਂ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਨੇ ਦੱਸਿਆ ਵੀ ਸਿਰਫ 9 ਮਹੀਨੇ ਤੁਸੀਂ ਇੱਕ ਜੂਆ ਹੀ ਖੇਡ ਕੇ ਦੇਖ ਲਓ ਮੈਂ ਤਾਂ ਇਹ ਗੱਲ ਕਹੂੰਗਾ ਕੋਈ ਤੁਹਾਡਾ ਕੋਈ ਵਿਗੜਨ ਵਾਲਾ ਨਹੀਂ ਤੁਸੀਂ 9 ਮਹੀਨੇ ਲਈ ਅਗਰ ਅਟਵਾਲ ਪਰਿਵਾਰ ਨੂੰ ਸੇਵਾ ਕਰਨ ਦਾ ਮੌਕਾ ਦਿਓ ਅਗਰ ਮੋਦੀ ਜੀ ਨੂੰ ਇੱਕ ਵਾਰ ਫਿਰ ਆਪਾਂ ਇਹ ਗੱਲ ਦੱਸ ਦਈਏ ਵੀ ਜਿੱਥੇ ਸਾਰਾ ਹਿੰਦੁਸਤਾਨ ਉਹਨਾਂ ਤੇ ਅੱਜ ਵਿਸ਼ਵਾਸ ਕਰਕੇ ਪਿਛਲੇ 10 ਸਾਲ ਤੋਂ 9 ਸਾਲ ਤੋਂ ਉਹਨਾਂ ਦੇ ਨਾਲ ਚੱਲ ਰਿਹਾ ਤੇ ਜਲੰਧਰ ਲੋਕ ਸਭਾ ਵਾਲੇ ਵੀ ਇਸ ਵਾਰ ਅਗਰ ਇਤਿਹਾਸ ਬਦਲ ਦੇਣ ਨਵਾਂ ਇਤਿਹਾਸ ਰਚ ਦੇਣ ਤੇ 2024 ਵੀ ਆਈ ਖੜੀ ਹੈ ਜਿਹੜੀ ਕੱਦ ਤੇ ਲਿਖਿਆ ਕਿ ਨਰਿੰਦਰ ਭਾਈ ਮੋਦੀ ਨੇ 2024 ਦੇ ਵਿੱਚ ਦੁਬਾਰਾ ਫਿਰ ਦੇਸ਼ ਦੀ ਅਗਵਾਈ ਕਰਨੀ ਹੈ ਤੇ ਕਿਉਂ ਨਾ ਆਪਾਂ ਵੀ ਜਿਹੜਾ ਸਾਡੇ ਜਲੰਧਰ ਲੋਕ ਸਭਾ ਤੇ ਮੈਂ ਤੁਹਾਡੀ ਗੱਲ ਨਹੀਂ ਕਰਦਾ ਕੋਈ ਗੁੱਸਾ ਨਾ ਮੰਨਿਓ ਮੇਰੀ ਗੱਲ ਦਾ ਪਰ ਜਲੰਧਰ ਲੋਕ ਸਭਾ ਹਲਕੇ ਵਾਲਿਆਂ ਦੇ ਕਲੰਕ ਜ਼ਰੂਰ ਲੱਗਾ ਹੋਇਆ ਆਪਾਂ ਇਸ ਵਾਰ ਧਿਆਈਆ ਕਰਕੇ ਤੁਸੀਂ ਸਾਰੇ ਇਹਨਾਂ ਦੀ ਟੀਮ ਬੈਠੇ ਹੋ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਤੁਸੀਂ ਫਰੰਟ ਰਨਰ ਹੋ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਉਹ ਸਿਪਾਹੀ ਹੋ ਜਿਹੜੇ ਹਵਾ ਬਣਾਉਂਦੇ ਨੇ ਤੁਸੀਂ ਹਵਾ ਇੱਦਾਂ ਦੀ ਬਣਾਓਗੇ ਜਿਹੜੇ ਸਾਡੇ ਹੋਰ ਕੋਈ ਭਾਈ ਕੋਈ ਬਜ਼ੁਰਗ
ਜਿਹੜੇ ਕਾਂਗਰਸ ਵੱਲ, ਅਕਾਲੀ ਦਲ ਵੱਲ, ਝਾੜੂ ਵੱਲ ਹੋਰ ਵੀ ਕੋਈ ਜਾਂਦੇ ਨੇ, ਕੋਈ ਉਹਨਾਂ ਦੀ ਸੋਚ ਰੱਖਦੇ ਨੇ, ਉਹਨਾਂ ਨੂੰ ਬੈਠ ਕੇ ਸਮਝਾਓ, ਉਹਨਾਂ ਨਾਲ ਗੱਲਾਂ ਕਰੋ ਵੀ ਕਿਉਂ ਆਪਾਂ ਇੱਥੋਂ ਅਟਵਾਲ ਸਾਹਿਬ ਨੂੰ ਜਿਤਾਈਏ, ਕਿਉਂ ਨਰਿੰਦਰ ਭਾਈ ਮੋਦੀ ਦਾ ਆਪਾਂ ਉਹਨਾਂ ਨੂੰ ਹੱਥ ਤਕੜੇ ਕਰੀਏ। ਉਹਦੇ ਲਈ ਕੋਈ ਲੰਬੀਆਂ ਚੌੜੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ ਆਪਾਂ ਨੂੰ। ਇੱਕ ਪਾਸੇ ਉਹ ਨਰਿੰਦਰ ਭਾਈ ਮੋਦੀ ਹੈ ਜਿਨ੍ਹਾਂ ਦੀ ਅੱਜ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਪ੍ਰਸ਼ੰਸਾ ਹੋ ਰਹੀ ਹੈ। ਕੱਲ ਪਰਸੋਂ ਮੈਂ ਸੁਣ ਰਿਹਾ ਸੀਗਾ ਕਿ ਕਈ ਐਸੇ ਮੁਲਕ ਨੇ ਜਿੱਥੇ ਅੱਜ ਰੁਪਈਏ ਦਾ ਵੀ ਬੋਲਬਾਲਾ ਹੋ ਗਿਆ, ਉੱਥੇ ਹਿੰਦੁਸਤਾਨ ਦੇ ਰੁਪਈਏ ਦਾ ਨੋਟ ਵੀ ਚੱਲਦਾ। ਇਹ ਅੱਜ ਤੋਂ ਪਹਿਲਾਂ ਕਦੇ ਆਪਾਂ ਸੁਣਿਆ ਨਹੀਂ ਸੀ, ਇਹ ਨਹੀਂ ਤਾਂ ਬਹੁਤ ਪਿੱਛੇ ਚਲਾ ਗਿਆ ਸੀ। ਇੱਦਾਂ ਦੀਆਂ ਬੜੀਆਂ ਉਦਾਹਰਨਾਂ ਨੇ। ਔਰ ਹਿੰਦੁਸਤਾਨ ਨੂੰ ਜਿਹੜਾ ਦੁਨੀਆ ਦੇ ਨਕਸ਼ੇ ਤੇ ਕੋਈ ਇਹਦੇ ਵੱਲ ਦੇਖਦਾ ਨਹੀਂ ਸੀ ਰਿਸਪੈਕਟਫੁਲੀ, ਅੱਜ ਸਾਰੇ ਭਾਵੇਂ ਉਹ ਚੀਨ ਹੋਵੇ, ਰਸ਼ੀਆ ਹੋਵੇ, ਅਮਰੀਕਾ ਵਰਗਾ ਦੇਸ਼ ਹੋਵੇ, ਅੱਜ ਬੜੀ ਰਿਸਪੈਕਟ ਦੇ ਨਾਲ ਉਹ ਹਿੰਦੁਸਤਾਨ ਵੱਲ ਦੇਖਦੇ ਨੇ। ਉਹਦੀ ਵਜ੍ਹਾ ਸਿਰਫ ਇੱਕੋ ਇੱਕ ਹੈ ਕਿ ਨਰਿੰਦਰ ਭਾਈ ਮੋਦੀ ਦੀ ਚੰਗੀ ਸੋਚ ਔਰ ਅਗਾਂਹ ਵਧੂ ਸੋਚ ਹੈ। ਇੱਕ ਪਾਸੇ ਤਾਂ ਉਹਨਾਂ ਦਾ ਕਾਰਜਕਾਲ ਹੈ, ਉਹ ਸਮਝਾਈਏ ਉਹਨਾਂ ਨੂੰ ਵੀ ਕਿੰਨੀਆਂ ਲੋਕ ਭਲਾਈ ਦੀਆਂ ਸਕੀਮਾਂ, ਤਮਾਮ ਐਸੀਆਂ ਸਕੀਮਾਂ ਜੋ ਵੀ ਚੱਲ ਰਹੀਆਂ ਨੇ ਪੰਜਾਬ 'ਚ, ਉਹ ਸੈਂਟਰ ਤੋਂ ਆਉਂਦੀਆਂ ਨੇ ਤਾਂ ਅੱਗੇ ਇਹ ਵੱਟਦੇ ਨੇ, ਉਹਨਾਂ ਨੇ ਸ਼ੁਰੂ ਕੀਤੀਆਂ। ਦੂਸਰੇ ਪਾਸੇ ਜੇ ਮੈਂ ਬੇਨਤੀ ਕਰਾਂ ਵੀ ਝਾੜੂ ਵਾਲਿਆਂ ਦੀ ਸਰਕਾਰ, ਪਤਾ ਨਹੀਂ ਆਪਣੇ ਪੰਜਾਬੀਆਂ ਨੇ ਕਿੱਦਾਂ ਉਸ ਟਾਈਮ ਇਹਨਾਂ ਦੀ ਗੱਲਾਂ 'ਚ ਆ ਕੇ ਉਦੋਂ ਸਰਕਾਰ ਬਣ ਗਈ। ਹਜੇ ਕੋਈ ਬਹੁਤ ਲੰਬਾ ਸਮਾਂ ਨਹੀਂ ਹੋਇਆ, ਮਸਾਂ ਹੀ ਇੱਕ ਸਾਲ ਹੋਇਆ ਉਹਨਾਂ ਦੀ ਸਰਕਾਰ ਦਾ। ਜੋ ਅੱਜ ਪੰਜਾਬ ਦੇ ਵਿੱਚ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਵਰਲਾਪ ਕਰ ਰਹੇ ਨੇ ਵੀ ਸਾਡੇ ਤੋਂ ਇਹ ਗਲਤੀ ਕਿਉਂ ਹੋ ਗਈ, ਅਸੀਂ ਕਿਹਨਾਂ ਦੇ ਹੱਥ ਆਪਦਾ ਪੰਜਾਬ ਜਿਹੜਾ ਦੇਈ ਬੈਠੇ ਹਾਂ ਅੱਜ, ਉਹਨਾਂ ਨੂੰ ਇਹ ਸਮਝਾਉਣ ਦੀ ਲੋੜ ਹੈ ਵੀ ਇਹ ਝਾੜੂ ਵਾਲੀਆਂ ਦੀ ਸਰਕਾਰ ਜਿਹੜੀ ਬਣ ਗਈ ਹੈ, ਇਹਨਾਂ ਨੇ ਸਿਰਫ ਝੂਠ ਬੋਲ ਕੇ ਸਰਕਾਰ ਬਣਾਈ ਹੈ, ਬੜੇ ਤਰ੍ਹਾਂ ਦੇ ਵਾਅਦੇ ਕੀਤੇ ਔਰ ਹੁਣ ਵੀ ਲਗਾਤਾਰ ਝੂਠ ਹੀ ਬੋਲਦੇ ਆ ਰਹੇ ਨੇ ਪਿਛਲੇ ਇੱਕ ਸਾਲ ਤੋਂ। ਭਾਵੇਂ ਦਿੱਲੀ ਸਰਕਾਰ ਦੀ ਵੀ ਗੱਲ ਕਰੋ ਤੇ ਭਾਵੇਂ ਪੰਜਾਬ ਦੀ ਕਰੋ, ਇਹ ਉਹਨਾਂ ਨੂੰ ਦੱਸੀਏ ਵੀ ਸਾਡੀਆਂ ਮਾਤਾਵਾਂ ਭੈਣਾਂ, ਜੇ ਕਿਸੇ ਨੂੰ 1000 ਰੁਪਇਆ ਮਿਲਿਆ ਤੇ ਤਾਂ ਦੱਸ ਦਿਓ। ਜੇ ਆਪਾਂ ਆਪਣੇ ਨੌਜਵਾਨ ਵੀਰਾਂ ਨੂੰ ਪੁੱਛੀਏ ਵੀ ਜੇ ਕਿਸੇ ਨੂੰ ਬੇਰੁਜ਼ਗਾਰੀ ਭੱਤਾ ਮਿਲ ਗਿਆ ਤਾਂ ਦੱਸ ਦਿਓ, ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ। ਅਗਲੀਆਂ ਹੋਰ ਇਦਾਂ ਦੀਆਂ ਤਮਾਮ ਗੱਲਾਂ ਨੂੰ ਪੁੱਛੀਏ ਵੀ ਜਦੋਂ ਦੀ ਸਰਕਾਰ ਬਣੀ ਹੈ, ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਮੂੰਹ ਚੋਂ ਇਹ ਗੱਲਾਂ ਤਾਂ ਆਪਾਂ ਹਰ ਰੋਜ਼ ਸੁਣ ਲੈਂਦੇ ਹਾਂ ਵੀ ਮੈਂ ਇਸ ਬੰਦੇ ਨੂੰ ਅੰਦਰ ਦੇ ਦੇਣਾ, ਉਸ ਬੰਦੇ ਨੂੰ ਅੰਦਰ ਦੇ ਦੇਣਾ, ਇਹਦੇ ਤੇ ਆਹ ਚਾਰਜ ਲੈ ਦੇਣਾ, ਇਹਦੇ ਤੇ ਉਹ ਕਰ ਦੇਣਾ, ਇਹਦੇ ਤੋਂ ਸਿਵਾਏ ਕਦੇ ਆਪਾਂ ਉਹਦੇ ਮੂੰਹੋਂ ਸੁਣਿਆ ਵੀ ਮੈਂ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਸਤੇ ਕੀ ਸੋਚ ਰੱਖਦਾ, ਮੇਰਾ ਵਿਜ਼ਨ ਕੀ ਹੈ, ਮੈਂ ਹਿੰਦੁਸਤਾਨ ਦੇ ਇਸ ਜਿਹੜਾ ਸੁਨਹਿਰੀ ਸੂਬਾ ਪੰਜਾਬ ਦਾ, ਇਹਨੂੰ ਆਉਣ ਵਾਲੇ 50 ਸਾਲਾਂ 'ਚ ਕਿੱਥੇ ਲੈ ਕੇ ਜਾਊ। ਕਦੇ ਸੁਣਿਆ ਭਗਵੰਤ ਮਾਨ ਦੇ ਮੂੰਹੋਂ ਇਹੋ ਜਿਹੀ ਗੱਲ? ਝੂਠ ਬੋਲਦਾ ਸਿਰਫ, ਹੋਰ ਕੁਛ ਨਹੀਂ ਇਹਨਾਂ ਨੇ ਅੱਜ ਤੱਕ ਕੀਤਾ, ਨਾ ਹੀ ਇਹਨਾਂ ਨੇ ਆਪਾਂ ਨੂੰ ਦੇਣਾ। ਦੇਣਾ ਕਿੱਥੋਂ ਹੈ ਜਦੋਂ ਇਹਨਾਂ ਕੋਲ ਕੋਈ ਮਾਲੀਆ ਨਹੀਂ ਹੈ, ਕੋਈ ਇਹਨਾਂ ਦੀ ਪਾਲਿਸੀ ਨਹੀਂ ਹੈ ਵੀ ਅਸੀਂ ਜਿਹੜਾ ਰੈਵਨਿਊ ਜਨਰੇਟ ਕਿੱਥੋਂ ਕਰਨਾ। ਮੇਰੇ ਨੌਜਵਾਨ ਵੀਰ ਬੈਠੇ ਆ, ਮੈਂ ਤਾਂ ਇਹ ਗੱਲਾਂ ਕਰ ਰਿਹਾ ਅੱਜ, ਥੋੜ੍ਹਾ ਤੁਸੀਂ ਸੋਚੋ, ਵਿਚਾਰ ਕਰੋ, ਤਾਂ ਹੀ ਆਪਾਂ ਅੱਗੇ ਲੋਕਾਂ ਨੂੰ ਸਮਝਾ ਸਕਦੇ ਹਾਂ। ਪਰਸੋਂ ਇੱਥੇ ਕੇਜਰੀਵਾਲ ਜੀ ਆਏ, ਇਹਨਾਂ ਨੇ ਰੋਡ ਸ਼ੋਅ ਕੱਢਿਆ, ਕਹਿੰਦੇ ਇੱਕ ਨਵਾਂ ਝੂਠ ਬੋਲ ਕੇ ਵੀ ਅਸੀਂ ਜਲੰਧਰ ਵਾਲਿਆਂ ਨੂੰ PGI ਦੇ ਦਿਆਂਗੇ ਜੇ ਇੱਕ ਬਣਾ ਦਿਆਂਗੇ। ਮੈਂ ਪੱਤਰਕਾਰ ਵੀਰ ਕੱਲ੍ਹ ਵੀ ਪੁੱਛਦੇ ਸੀ ਮੇਰੇ ਤੋਂ, ਮੈਂ ਕਿਹਾ ਜੀ ਬੜੀ ਚੰਗਾ ਹੋ ਜੇ ਬਣਾ ਦੇਣ, ਅਸੀਂ ਤਾਂ ਵੈਲਕਮ ਕਰਾਂਗੇ, ਅਸੀਂ ਇਹਨਾਂ ਦਾ ਧੰਨਵਾਦ ਵੀ ਕਰਨ ਜਾਵਾਂਗੇ ਜੇ ਜਲੰਧਰ ਬਣਾ ਦੇਣ PGI। ਪਰ PGI ਬਣਾ ਦੇਣ, ਉਸ ਤੋਂ ਪਹਿਲਾਂ ਜਿਹੜੀ PGI ਤੱਕ ਜਾਣ ਵਾਲੀ ਕੋਈ ਸੜਕ ਹੈ ਉਹਦੇ ਟੋਏ ਤਾਂ ਠੀਕ ਕਰਾ ਦੇਣ। ਉਹ ਸੜਕਾਂ ਦੀ ਜਿਹੜੀ ਇੰਨੀ ਗੱਡੀ ਹੋਈ ਹੋਈ ਹੈ, ਬੁਰੀ ਹਾਲਤ ਹੈ ਉਹਨਾਂ ਨੂੰ, ਸਾਡੇ 2 ਵਾਰੀ ਤਾਂ ਜੀ ਲੁਧਿਆਣੇ ਦਾ ਵੀ ਮੈਂ ਤੁਹਾਨੂੰ ਹਾਲ ਦੱਸਾਂ ਵੀ 2 ਵਾਰੀ ਸਾਲ 'ਚ ਅਸੀਂ ਟਾਇਰ ਹੀ ਆਪਦੇ ਗੱਡੀ ਦੇ ਬਦਲਾ ਚੁੱਕੇ, ਇੰਨਾ ਬੁਰਾ ਹਾਲ ਹੈ। ਜਿਹੜੇ ਲੋਕ, ਜਿਹੜੇ ਇਨਸਾਨ ਇੱਕ ਨਵੀਂ ਇੱਟ ਨਹੀਂ ਲਗਾ ਸਕੇ ਇੱਕ ਸਾਲ ਤੋਂ, ਅਸੀਂ ਇਹ ਕਿੱਦਾਂ ਹੁਣ ਝੂਠ ਮੰਨ ਲਈਏ ਵੀ PGI ਵੀ ਬਣਾ ਦੇਣਗੇ। ਦੂਜੀ ਗੱਲ, PGI ਬਣਾਉਣ ਦਾ ਇਹਨਾਂ ਦਾ ਇਖਤਿਆਰ ਨਹੀਂ ਹੈਗਾ, ਉਹ ਸੈਂਟਰ ਦਾ ਹੀ ਦੇਣਾ PGI ਵੀ। ਸੋ ਇੰਨਾ ਝੂਠ ਬੋਲਦੇ ਨੇ ਲੋਕ ਸਾਡੇ ਵਿਚਾਲੇ ਭੋਲੇ ਭਾਲੇ ਇਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਨੇ। ਇਸ ਵਾਰ ਉਹਨਾਂ ਨੂੰ ਬੈਠ ਕੇ ਸਮਝਾਈਏ ਵੀ ਇੱਕ ਸਾਲ ਦੀ ਸਰਕਾਰ ਦੇ ਦੌਰਾਨ ਇਹਨਾਂ ਨੇ ਸਿਰਫ 2 ਹੀ ਕੰਮ ਕੀਤੇ ਨੇ, ਸਿਰਫ 2 ਕੰਮ। ਜਿੱਦਾਂ ਆਪਾਂ TV 'ਚ ਸੀਰੀਅਲ ਦੇਖਦੇ ਨਾ ਜੀ, ਲੜੀਵਾਰ ਕਹਿੰਦੇ ਆ ਪ੍ਰੋਗਰਾਮ, ਇਹਨਾਂ ਨੇ ਲੜੀਵਾਰ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਝਾੜੂ ਦੀ ਸਰਕਾਰ ਨੇ, ਵੀ 1 ਮਹੀਨੇ 'ਚ ਇੱਕ ਨਵਾਂ ਮੰਤਰੀ ਜਾਂ MLA ਇਹਨਾਂ ਦਾ ਕਰਪਸ਼ਨ ਦੇ ਕੇਸ 'ਚ ਫੜ ਲਿਆ ਜਾਂਦਾ, ਫਸ ਜਾਂਦਾ, ਕਦੇ ਕਿਸੇ ਦਾ ਕੋਈ ਪੈਸੇ ਲੈਂਦਾ ਫੜ ਲੈਂਦੇ, ਕਦੇ ਕੋਈ ਫੜ ਲੈਂਦਾ, ਜਾਂ ਦੂਜਾ ਕੰਮ ਇਹਨਾਂ ਦੇ MLA ਨੇ ਜਾਂ ਇਹਨਾਂ ਦੇ ਮੁੱਖ ਮੰਤਰੀ ਨੇ ਕੀਤਾ ਵੀ ਵਿਆਹ ਕਰਾਉਣੇ ਨੇ ਬਸ। ਇਹ ਤੋਂ ਇਲਾਵਾ ਆਪਾਂ ਇਹਨਾਂ ਦੇ TV 'ਚ ਖਬਰਾਂ 'ਚ ਕੋਈ ਨਵੀਂ ਖਬਰ ਹੀ ਨਹੀਂ ਸੁਣੀ ਦੀ ਵੀ ਸਾਡੇ ਜ਼ਿਲ੍ਹੇ ਦਾ ਕੋਈ MLA ਕੀ ਕਰ ਰਿਹਾ, ਕਿਸੇ ਦੀ 0 ਪਰਫਾਰਮੈਂਸ ਹੈ। ਤੀਸਰਾ ਕੋਈ ਕੰਮ ਜੇ ਅਖਬਾਰਾਂ ਸੁਣਿਆ ਤਾਂ ਤੁਸੀਂ ਦੱਸ ਦਿਓ, ਸਾਨੂੰ ਤਾਂ ਪਤਾ ਨਹੀਂ ਇਸ ਗੱਲ ਦਾ। ਸੋ ਇਹ ਗੱਲਾਂ ਜਿਹੜੀਆਂ ਲੋਕਾਂ 'ਚ ਬਹਿ ਕੇ ਜਾ ਕੇ ਆਪਾਂ ਕਰੀਏ, ਤੁਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਅਗਾਂਹ ਵਧੂ ਸੋਚ ਵਾਲੇ ਜਿਹੜੇ ਵਰਕਰ ਹੋ, ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਲੋਕਾਂ 'ਚ ਬੈਠ ਕੇ ਕਮਲ ਚੋਣ ਨਿਸ਼ਾਨ ਦਾ ਆਪਾਂ ਜਿਹੜਾ ਪ੍ਰਚਾਰ ਕਰੀਏ, ਔਰ 10 ਤਰੀਕ ਨੂੰ 1-1 ਵੋਟ ਹੈ ਜਿਹੜੀ ਉਹ ਕਮਲ ਦੇ ਚੋਣ ਨਿਸ਼ਾਨ 'ਤੇ ਆਪਾਂ ਵਕਤ ਆਉਣਾ ਹੈ।
प्रचार करना है अपने सगे संबंधियों भैन भरावान सारे बेनती करनी है भी नरेंद्र भाई मोदी जी को वोट जानी है। अज पूरा हिंदुस्तान तुसी इन्हें खुशकिस्मत हो मैं भंडारी साहब का इतने आया तो बहुत जिंदा और मेरे पिता समान है जिन्होंने ग्रह में कि असं सारे कत्तर हुए हैं मास्टर विद्यासागर जी जिन्होंने बहुत ही दलेरी ना पार्टी का काम किया हमेशा मैं उन्होंने बहुत दिल तो कदर करता मैं साढ़े इस मंडल के अध्यक्ष मेरा वीर आशीष सहगल जी सतीश कपूर साहब साड़ी पार्टी ने सब तो सीनियर आगू मनीष सहगल जी जिन्होंने अज की इस मीटिंग का अच्छा आयोजन कराया मेरा वीर नोना जी जो शक्ति केंद्र प्रमुख है साढ़े जनरल सैकटरी गुरमीत सिंह जी का छोटा वीर अनुपम शर्मा जी नीरज जी साढ़े बीच स्नेहा दिन आए साढ़े बहुत ही सत्कारयोग अटवाल साहब के छोटे वीर आदनी रोकी जी और मेरे सामने बैठे बहुत ही सत्कारयोग साढ़े इस शक्ति केंद्र के सारे मेरे बुजुर्ग और प्यारे नौजवान साथियों और मेरी भैन बैठी है सब तो पहला फतेह साई करिए वाहिगुरु जी का खालसा वाहिगुरु जी की फतेह जय श्री राम। मैं तो पहला अटवाल साहब ने तुम दस्या वै कि 10 तरीक में वोटा पैनी है तो थोड़ी वोटा राही साडा नवा मैंबर पार्लीमेंट बन रहा आप सोचना वै भी कि पार्टी किड़ा कैंडीडेट साडे शहर में तरक्की ते लिया सकता वै असीं पिछले 5 साल देखे कांग्रेस पार्टी दे और 1 साल आम आदमी पार्टी देखिया सी पिछले 5 साल दे विच जो दुर्दशा साडे इस शहर की हुई है लगभग 900 करोड़ रुपया स्मार्ट सिटी का साडे शहर नूं मिलिया लेकिन आपां सारे स्टूडेंट बैठे है कोई एक बच्चा कह दे जां मेरा बजुर्ग कह दे वी शहर स्मार्ट नज़र आ रहा कितें शहर के बुरा हाल है गंदगी है और इतों के चारों MLA ने जो उस पैसे दुरवरतों की है वो असं जांच करावे और दोषी बराबर के चौधरी साहब भी है जिन्होंने अपने अख और कान बंद किए थे कि जो मर्जी कोई करी जाए किसी ने कुछ नहीं कहना इन्हों की हर महीने मीटिंग होंगी DC ऑफिस के कि पैसा आया वै और कि पैसा खर्च होया लेकिन जो करप्शन स्मार्ट सिटी हुई है वो असी पूरी तौर पर जांच करावे वो सू सारू अटवाल साहब जिता पैना जिस चाहते हैं कि थोड़ी मेहनत की कमाई का पैसा जोड़ा इन कांग्रेसियों के घर गया वै और असी बाहर कटाणा वै तो असी सारे जिन्हें भी लोग बैठे हैं तुम लोग बैठे हो जिन्होंने इस शक्ति केंद्र में संभालना वै जिन्होंने वोटा पवानिया वै वोटा कटाणिया वै और इस 1 साल की सरकार के जो साडे नौजवानों नाल धक्का होया वै जो साडियां भैणां दे नाल धक्का होया वै अज 13 महीने बीत चुके हैं 1 रुपया भी किसी भैन के खाते नहीं आया इन्होंने घर घर जाके फार्म भराए सीगे लोगों को बेवकूफ बनाया सीगा किसी को 1000 रुपया पावां खाते दे विच अज 13 महीने बीत चुके हैं किसी भी मेरी मैम ने भैन के खाते 1 रुपया नहीं आया मुलाजमान नूं पक्के करांगे अज मुलाजम धक्के खा रहे हैं वही टीचर साड़ी भैन मीना जी टैंकी चढ़ी सी तो केजरीवाल ने मोबाइल तो उन्होंने कहा कि मैं तेरा अपनी भैन मानता मैं तो को रखड़ी बनाऊंगा तू थले आ जा जो तो मेरी सरकार बने तेन पक्का करूंगा अज वही मीना फिर बार तो टैंकी ते बैठी है उन्होंने इंसाफ नहीं मिला ये सुशील लिंकू जरा कैंडीडेट है शीतल अंगराल जो ये बारे बोले इलेक्शन के वीडियो वायरल हो रही सारिया अज शशि लिंकू चंगा हो गया आम आदमी पार्टी वास्ते उदो राहुल चड्ढा जी कहते कि ये शशि लिंकू ने शीतल अंगराल से 11 नजायज परचे कराए हैं अज उस शशि लिंकू राहुल चड्ढा जी सम्मानित कर रहे हैं और टिकट दे के और इलेक्शन लड़ा रहे हैं मैं पिछले दिन एक वीडियो देखी शशि लिंकू ने लम्मा पाया अर्थी बनाई है राजन अंगराल ने तो रो रहा वा शशील उठ रिंकू उठो तो बंदा वो कोई बोलिया बोलता वर्कर भाजी 5 लाख रुपए भेजो तो उठूगा ऐसिया जीडियो
ਇਹ ਹੁਣ ਬਾਹਰ ਆਣੀ ਆ ਮੈਂ। ਸੁਸ਼ੀਲ ਰਿੰਕੂ ਆਪਣੇ ਮੂੰਹ ਕਹਿਣ ਦਿਆ ਵਾ ਆਪਣੇ ਆਫਿਸ ਦੇ ਵਿੱਚੋਂ ਭੈਣਾਂ ਨੂੰ ਵੀ 8 ਮਹੀਨੇ ਬੀਤ ਚੁੱਕੇ ਆ, 9 ਮਹੀਨੇ ਬੀਤ ਚੁੱਕੇ ਆ, ਤੁਹਾਡੇ ਖਾਤੇ 'ਚ ਰੁਪਈਆ ਨਹੀਂ ਆਇਆ। ਤੁਸੀਂ ਆਪਣੇ ਫਾਰਮ ਬਾਹਰ ਕੱਢ ਲਓ, ਉਹਨਾਂ ਨੂੰ ਚਪਕਾ ਦਿਓ ਆਪਣੇ ਘਰਾਂ ਦੇ ਬਾਹਰ। ਜਦੋਂ ਆਮ ਆਦਮੀ ਪਾਰਟੀ ਆਲੇ ਆਊਗੇ ਤਾਂ ਲੋਕ 8-8 ਹਜ਼ਾਰ ਪਹਿਲਾਂ ਮੰਗਿਓ, ਫਿਰ ਉਹਨਾਂ ਨੂੰ ਸਵਾਲ ਕਰਿਓ। ਅੱਜ ਕਿਹੜੇ ਕੋਲ ਵੋਟ ਮੰਗੇ ਜਾਊਗਾ? ਇਹ ਅਸੀਂ ਗੱਲਾਂ ਲੋਕਾਂ 'ਚ ਕਰਨੀਆਂ ਵੈ। ਆਪਾਂ ਪਾਰਟੀ ਦੇ ਉਹ ਸਿਪਾਹੀ ਆ ਜਿਹਨਾਂ ਨੇ ਪਾਰਟੀ ਨੂੰ ਜਿਤਾਉਣਾ ਵੈ। ਬਿਮਲ ਜੀ ਸੀਨੀਅਰ ਬੰਦੇ ਬੈਠੇ ਆ, ਆਪਾਂ ਸਾਰੇ ਇੱਕ ਬਿਉਂਤਬੰਦੀ ਕਰੀਏ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਨੂੰ ਬੇਵਕੂ ਬਣਾਇਆ। ਉਹ ਸਾਡੇ ਕੋਲ ਗੱਲਾਂ ਕਹਿਣ ਲਈ ਬਹੁਤ ਹੈ। ਸਾਡੇ ਕੋਲ ਐਸਾ ਲੀਡਰ ਹੈ ਜਿਹੜਾ ਵਰਲਡ ਦਾ ਲੀਡਰ ਹੈ, ਨਰਿੰਦਰ ਮੋਦੀ ਸਾਹਿਬ, ਜਿਹਦੇ 'ਚ ਵਰਲਡ ਵਿਸ਼ਵਾਸ ਕਰਦਾ ਵੈ, ਹਿੰਦੁਸਤਾਨ ਨਹੀਂ ਵਿਸ਼ਵਾਸ ਕਰਦਾ, ਪੂਰਾ ਵਿਸ਼ਵ ਵਿਸ਼ਵਾਸ ਕਰਦਾ ਵੀ ਇੱਕੋ ਲੀਡਰ ਹੈ ਜਿਹੜਾ ਹਿੰਦੁਸਤਾਨ ਨੂੰ ਤਰੱਕੀ 'ਤੇ ਲਿਆ ਰਿਹਾ ਵਾ। ਹਿੰਦੁਸਤਾਨ 5ਵੇਂ ਨੰਬਰ 'ਤੇ ਆ ਗਿਆ ਵੈ। ਅੱਜ ਅਸੀਂ ਇੰਗਲੈਂਡ ਤੋਂ ਅੱਗੇ ਹੋ ਗਏ ਹਾਂ, ਔਰ ਸਾਡੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੈ ਨਹੀਂ ਗਿਆ, ਅਸੀਂ 3ਜੇ ਨੰਬਰ 'ਤੇ ਆਉਣਾ ਮੈਂ। ਉਹਦੇ ਲਈ ਨਰਿੰਦਰ ਮੋਦੀ ਸਾਹਿਬ ਦੀ ਮਿਹਨਤ ਹੈ, ਇਮਾਨਦਾਰੀ ਹੈ, ਉਹ ਕੰਮ ਆ ਰਿਹਾ ਕਿ 80 ਕਰੋੜ ਲੋਕਾਂ ਨੂੰ ਰਾਸ਼ਨ ਫ੍ਰੀ ਮਿਲਿਆ ਵੈ। ਅੱਜ ਸਾਰੇ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਇਹ ਕਿਹਨੇ ਕੀਤੀ ਹੈ? ਇਹ ਮੋਦੀ ਸਾਹਿਬ ਹੈ, ਸਾਡਾ ਲੀਡਰ ਹੈ, ਜਿਹਦੇ ਕੋਲ ਤਾਕਤ ਹੈ, ਜਿਹੜਾ ਅਮੈਰੀਕਾ ਦੇ ਨਾਲ, ਚਾਈਨਾ ਦੇ ਨਾਲ, ਰਸ਼ੀਆ ਦੇ ਨਾਲ ਗੱਲ ਅੱਖ-ਰੱਖਵਾਂ ਗੱਲ ਕਰਦਾ ਹੈ। ਇਸ ਕਰਕੇ ਆਪਾਂ ਪਛਾਣਨਾ ਵੈ, ਇਹ ਇਲੈਕਸ਼ਨ ਲੜਾਈ ਦਾ ਵੈ, ਇਲੈਕਸ਼ਨ ਪੰਜਾਬ ਦੀ ਅਸਮਿਤਾ ਵੈ, ਪੰਜਾਬ ਦੀ ਏਕਤਾ ਰੱਖਣਾ ਜੇ ਅਸੀਂ ਸਹੀ ਰੱਖਣਾ ਵੈ, ਇੰਟੈਕਟ ਰੱਖਣਾ ਵੈ, ਤਾਂ ਅਸੀਂ ਇਕੱਲੀ ਵੋਟ 10 ਤਾਰੀਕ ਨੂੰ ਆਪਣਾ ਕਰਮ ਸਮਝੀਏ, ਆਪਣਾ ਫਰਜ਼ ਸਮਝੀਏ। ਆਪਣੀ ਤਾਂ ਪਾਣੀ ਹੈ ਵੋਟ, ਨਾਲ ਆਪਣੇ ਆਂਢੀ ਗੁਆਂਢੀ ਵੀ ਆ ਕੇ ਅਸੀਂ ਕਹਿਣਾ ਵੈ ਕਿ ਵੋਟ ਕਮਲ ਦੇ ਫੁੱਲ 'ਤੇ ਪਾਣੀ ਆ, ਵੋਟ ਅਟਵਾਲ ਸਾਹਿਬ ਨੂੰ ਪਾਣੀ ਆ। ਪਿਛਲੀ ਵਾਰੀ ਅਟਵਾਲ ਸਾਹਿਬ ਸ਼ਹਿਰੋਂ ਜਿੱਤ ਗਏ ਸੀ, ਲੇਕਿਨ ਅਸੀਂ 18,000 'ਤੇ ਇਲੈਕਸ਼ਨ ਹਾਰ ਗਏ, ਸਾਨੂੰ ਪਿੰਡ ਵਾਲੇ ਮਾਰ ਗਏ ਸੀ। ਇਸ ਵਾਰੀ ਮੋਦੀ ਸਾਹਿਬ ਅਸੀਂ ਕਮਲ ਦੇ ਫੁੱਲ 'ਤੇ ਲੜ ਰਹੇ ਹਾਂ। ਪਿਛਲੀ ਵਾਰ ਤਕੜੀ ਦੱਸੇ ਸੀ, ਕਈ ਸਾਡੇ ਬੰਦੇ ਪਰੇਜ ਕਰ ਤਕੜੀ ਵੋਟ ਪਾਉਣ ਨੂੰ, ਲੇਕਿਨ ਇਸ ਵਾਰ ਤੁਹਾਡਾ ਆਪਣਾ ਫੁੱਲ ਹੈ ਜਦੋਂ ਅਸੀਂ ਹਮੇਸ਼ਾ ਪਾਉਂਦੇ ਆਉਂਦੇ ਹਾਂ, ਇਲੈਕਸ਼ਨ ਕੌਂਸਲਰ ਵੱਲੋਂ ਵੀ ਪਾਉਂਦੇ ਹਾਂ, MLA ਵੱਲੋਂ ਵੀ ਪਾਉਂਦੇ ਹਾਂ, ਔਰ ਪਹਿਲੀ ਵਾਰੀ ਲੋਕ ਸਭਾ ਦਾ ਚੁਣਾਵ ਅਸੀਂ ਕਮਲ ਦੇ ਫੁੱਲ 'ਤੇ ਲੜਨਾ ਵੈ। ਇਸ ਕਰਕੇ ਅਸੀਂ 15,000 ਦੀ ਲੀਡ ਪ੍ਰਧਾਨ ਸਾਹਿਬ ਨੂੰ ਕਹੀਏ ਦੁਆਵਾਂ ਨੌਰਥ ਦੇ ਉੱਤੇ, ਉਹ ਤੁਸੀਂ ਕਦੇ ਦਵਾ ਸਕਦੇ ਹੋ ਕਿ ਆਪਾਂ ਸਾਰੇ ਰਲ ਕੇ ਮਿਹਨਤ ਕਰਾਂਗੇ। 2 ਘੰਟੇ ਸਵੇਰੇ, 2 ਘੰਟੇ ਸ਼ਾਮੀ, ਆਪਣੇ ਆਪਣੇ ਬੂਥਾਂ 'ਤੇ ਨਿਕਲ ਜਾਓ, ਪੰਫਲੇਟ ਲੈ ਲਓ, ਬਰੋਸ਼ਰ ਲੈ ਲਓ, ਔਰ ਅਸੀਂ ਸਾਰੇ ਹਰੇਕ ਬੰਦੇ ਨੂੰ ਪ੍ਰੇਰਿਤ ਕਰੀਏ ਕਿ ਅਸੀਂ ਵੋਟ ਕਮਲ ਦੇ ਫੁੱਲ 'ਤੇ ਪਾਉਣੀ ਹੈ। ਜਦੋਂ ਰਿਜ਼ਲਟ ਆਏਗਾ ਤਾਂ 13 ਤਰੀਕ ਨੂੰ ਸਾਡਾ ਸ਼ੀਸ਼ ਦਾ ਸਿਰ ਉੱਚਾ ਹੋਏਗਾ, ਸਾਡੇ ਮਾਸਟਰ ਜੀ ਦਾ ਸਿਰ ਉੱਚਾ ਲੈ। ਜੇ ਮੈਂ ਮੀਟਿੰਗ ਆਪਣੇ ਘਰ ਕਰਾਈ ਸੀ ਤਾਂ ਮੇਰੇ 3 ਚਿਹਰੇ ਬੂਥ ਜਿੱਤ ਕੇ ਪਾਰਟੀ ਚੋਣ ਦੇ ਵਿੱਚ ਪਏ ਆ। ਤੁਸੀਂ ਮੀਟਿੰਗ ਕਰਾਈ ਹੈ, ਤੁਹਾਡੇ ਸਾਰਿਆਂ ਦਾ ਮੈਂ ਹਾਰਦਿਕ ਤੌਰ 'ਤੇ ਧੰਨਵਾਦ ਕਰਦਾ ਮੈਂ ਕਿ ਤੁਸੀਂ ਬੜੇ ਅੱਛੇ ਤਰੀਕੇ ਦੇ ਨਾਲ ਅੱਜ ਇੱਕ ਸੁਨੇਹਾ ਦਿੱਤਾ ਮੈਂ।